पिछले 5 महीनों तो तनखाह ना मिलन करके मिड डे मील वर्करा ने बलटोहा विच रोस प्रदर्शन किया है। इस मौके ते आगू धर्म सिंह का कहना है कि होरना ब्लाकों नू मिड डे मील वर्करा की तनखाह पै गई है पर बलटोहा ब्लाक के वर्करा नू खज्जल खुआर किया जा रहा है। इस मौके ते प्रधान जसवीर कौर का कहना है कि पिछले 5 महीनों तो तनखाह नहीं मिल रही अते ना ही कोई उन्हां दी गलबात कोई सुन रहा है। जसवीर कौर जिला प्रधान। अच्छा ते की प्रॉब्लम आई जिहड़ा अज तुहानू रैली ते उतरना पिया? इस करके आई आ बहुत असी फोन कर चुके आ कोई सानू उस फोन दा जवाब नहीं दे रही आ। असी अज 3-3 महीने हो गए आ मगर मगरे दे फिरदे आ नू कि सानू तनखावां पा दिओ। किन्ने टाइम दीआं तनखावां नहीं पईआं? साडी 5 महीने दी तनखाह रुकी। 5 महीने दी तनखाह जिहड़ी नहीं मिली? नहीं मिली। ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ? ਮੰਗ ਸਾਡੀਆਂ ਤਨਖਾਹਾਂ ਜਿਹੜੀਆਂ ਪਾਈਆਂ ਚੁੱਕੀਆਂ ਬਾਕੀ ਪਾਈਆਂ ਗਈਆਂ ਬਸ ਸਿਰਫ ਬਲਟੋਏ ਬਲਾਕ ਦੀ ਤਨਖਾਹ ਨਹੀਂ ਇੰਨੇ ਪਾਈ ਗਈ ਹੋਰ ਸਾਰਿਆਂ ਬਲਾਕਾਂ ਨਹੀਂ। ਉਹ ਇਸ ਤਰ੍ਹਾਂ ਬੇਨਤੀ ਆ ਜੀ ਵੀ ਅਸੀਂ ਮਿਡ ਡੇ ਮੀਲ ਵਰਕਰ ਹੀ ਉਹਨਾਂ ਨੇ ਪੰਜਾਬ ਲੈਵਲ ਦੀ ਬਣਾਈ ਆ ਅਤੇ ਇੱਥੇ ਤਹਿਸੀਲ ਦੀ ਵੀ ਜ਼ਿਲ੍ਹੇ ਦੀ ਵੀ ਆ ਤਹਿਸੀਲ ਦੀ ਵੀ ਆ ਅਤੇ ਜ਼ਿਲ੍ਹੇ ਦੀ ਸਾਡੀ ਜਸਵੀਰ ਕੌਰ ਮੈਡਮ ਆ ਸਾਡੀ ਮਿਡ ਡੇ ਮੀਲ ਕਰਦੀ ਉਹ ਪ੍ਰਧਾਨ ਨੇ ਜ਼ਿਲ੍ਹੇ ਦੇ ਇਸ ਕਰਕੇ ਅੱਜ ਸਾਨੂੰ ਇੱਥੇ ਮੁਰਦਾਬਾਦ ਕਹਿਣਾ ਪੈ ਰਿਹਾ। ਮੈਡਮ ਜਿਹੜੀ BPO BO ਆ ਮੈਡਮ ਜਿਹੜੀ ਬੇਦੀ ਆ ਉਹਦਾ ਜਿਹੜਾ ਵਤੀਰਾ ਹੈ ਵਰਕਰਾਂ ਪ੍ਰਤੀ ਬੜਾ ਹੈਂਕੜਬਾਜ ਆ ਅਤੇ ਪਿਛਲੇ 5 ਮਹੀਨਿਆਂ ਤੋਂ ਜਿਹੜੀ ਇਹਨਾਂ ਦੀ ਸੈਲਰੀ ਆ ਬਕੌਦਾ ਮਿਹਨਤਾਨਾ ਜਿਹੜਾ ਵਾ ਬਹੁਤ ਥੋੜ੍ਹਾ ਹੈ 1700 ਰੁਪਈਆ ਮਹੀਨੇ ਦਾ ਮਿਹਨਤਾਨਾ ਹੈ ਅਤੇ ਬਾਕੀ ਬਲਾਕਾਂ ਦੇ ਵਿੱਚ ਮਿਹਨਤਾਨਾ ਜਿਹੜਾ ਹੈ 3 ਮਹੀਨਿਆਂ ਦਾ ਮਿਲ ਚੁੱਕਾ ਹੈ। ਇੱਥੇ ਬਿਲਕੁਲ ਜਿਹੜਾ ਮਿਹਨਤਾਨਾ ਉਹਨਾਂ ਦਾ 3 ਮਹੀਨਿਆਂ ਦਾ ਰੋਕ ਕੇ ਖੜ੍ਹੀ ਆ ਦੇ ਨਹੀਂ ਰਹੀ। ਜੇ ਵਰਕਰ ਇੱਥੇ ਆ ਕੇ ਕੋਈ ਪੁੱਛਣ ਦੇ ਯਤਨ ਕਰਦੇ ਜਾਂ ਕੋਈ ਮੈਡਮ ਸਾਡੇ ਵਰਕਰ ਜਿਹੜਾ ਕੋਈ ਫੋਨ ਕਰਦੇ ਆ ਉਹ ਫੋਨ ਚੁੱਕਣ ਦਾ ਨਹੀਂ ਅੱਬਲ ਅਤੇ ਜੇ ਚੁੱਕਣਾ ਹੈ ਤਾਂ ਬੜਾ ਕੋਥਰਾ ਬੋਲਦੀ ਆ ਉਹਨੂੰ ਬੋਲਣ ਦਾ ਹੀ ਤਰੀਕਾ ਨਹੀਂ ਜਾਂ ਵੀ ਕਿਸ ਢੰਗ ਨਾਲ ਗਰੀਬ ਲੋਕਾਂ ਨਾਲ ਜਿਹੜੀ ਆ ਵਤੀਰਾ ਕਰਨਾ ਵਾ ਉਹਦਾ ਵਤੀਰਾ ਜਿਹੜਾ ਠੀਕ ਕਰਨ ਵਾਸਤੇ ਦਿਮਾਗ ਜਿਹੜਾ ਖਰਾਬ ਹੋਇਆ ਹੈ ਉਹਦਾ ਦਿਮਾਗ ਠੀਕ ਕਰਨ ਵਾਸਤੇ ਅਸੀਂ ਜਿਹੜਾ ਵਾ ਰੈਲੀ ਜਿਹੜੀ ਆ ਬਣਾਈ ਆ ਅਤੇ ਨਾਹਰੇ ਮਾਰਦੇ ਮਾਰਦੇ ਉਹਦੇ ਦਫ਼ਤਰ ਇੱਥੇ ਦਫ਼ਤਰ ਆ ਉਹਦਾ ਉਹਦੇ ਦਫ਼ਤਰ ਵਿੱਚ ਜਾਵਾਂਗੇ ਅਤੇ ਮੇਰੇ ਨਾਲ ਜਿਹੜੀ ਜ਼ਿਲ੍ਹੇ ਦੀ ਪ੍ਰਧਾਨ ਆ ਭੈਣ ਜਸਵੀਰ ਕੌਰ ਭੈਣ ਜੀ ਉਹ ਵੀ ਹੈਗੇ ਆ ਕੁਲਵੰਤ ਕੌਰ ਵੀ ਆ ਹੋਰ ਕੁੜੀਆਂ ਵੀ ਆ ਸਾਰੇ ਵਿਚਾਰੇ ਆਏ ਠੰਡ ਦੇ ਵਿੱਚ ਬਕਾਇਦਾ ਪਿੰਡਾਂ ਦੇ ਵਿੱਚੋਂ ਕਿਰਾਏ ਪੁੱਟ ਕੇ ਦੁਖੀ ਲੋਕ ਦੁੱਖ ਦੇ ਵਿੱਚ ਆਏ ਆ ਵੀ ਸਾਡਾ ਦੁੱਖ ਜਿਹੜਾ ਨਿਵਰਤ ਕੀਤਾ ਜਾਵੇ। ਇਸ ਕਰਕੇ ਮੈਡਮ ਦਾ ਪਿੰਡ ਸਿਆਪਾ ਕਰਦੇ ਹਾਂ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।